ਆ ਜਾਓ ਇੱਧਰ ਵੇਖਿਓ ਗੁਰੂ ਸਾਹਿਬ ਰੱਸਿਆ ਮੇਰੇ ਨਾਲ ਪਤਾ ਨਹੀਂ ਕਿਹੜੀ ਗੱਲ 'ਤੇ ਰੁੱਸ ਗਿਆ ਮੈਨੂੰ ਸਮਝ ਵੀ ਨਹੀਂ ਲੱਗੀ ਮੈਂ ਕੁਛ ਕਿਹਾ ਵੀ ਨਹੀਂ ਫਿਰ ਵੀ ਰੁੱਸ ਗਿਆ ਸਾਹਿਬ ਆ ਜਾਓ ਆ ਜਾਓ ਗੁਰਸ਼ਾਨ ਚੁੱਕ ਕੇ ਲਿਆ ਗੁਰਸ਼ਾਨ ਜਾਈ ਜਾਈ ਦੇ ਚੱਲ ਰਹਿੰਦੇ ਰਹਿੰਦੇ ਆ ਗਿਆ ਆ ਗਿਆ ਚੱਲ ਅਲਮਾਰੀ ਬੰਦ ਕਰਦੇ ਗੁਰਸ਼ਾਨ ਉੱਧਰ ਹੌਲੀ ਬਹੁਤ ਚੱਲ ਸਾਹਿਬ ਆ ਜਾਓ ਆ ਜਾਓ ਫਿਰ ਲੱਗਾ ਰੁੱਸਣ ਫਿਰ ਉਹੀ ਪਤਾ ਨਹੀਂ ਕਿਹੜੀਆਂ ਗੱਲਾਂ 'ਤੇ ਰੁੱਸਿਆ ਰਹਿੰਦਾ ਉਹ ਚੱਲਿਆ ਫਿਰ ਜਾਲਾਂ ਦੇ ਜਾਂਦੇ ਖੇਡਣ ਦੇ ਇਹ ਕੀ ਹੋਣ ਡਿਆ ਆ ਮੈਂ ਦੁੱਧ ਗੁਰਸਾਹਿਬ ਨੂੰ ਲਿਆ ਕੇ ਦਿੱਤਾ ਤੇ ਉਹ ਕੁੱਤੇ ਨੂੰ ਪਿਆਈ ਜਾਂਦਾ ਇਹਨੂੰ ਨਾ ਜਿਹੜਾ ਵੀ ਹੁਣ ਘਰ ਟੈਡੀ ਮਿਲਦਾ ਨਾ ਉਹਨੂੰ ਦੁੱਧ ਪਿਆਲਣ ਡਿਆ ਪੈਂਦਾ ਜਿਹੜਾ ਹੀ ਮਿਲਦਾ ਹਾਂਜੀ ਹਾਂਜੀ ਇਹ ਕੀ ਹੁੰਦਾ ਆ ਹਾਂਜੀ ਇਹ ਤੁਹਾਡਾ ਆ ਤੁਸੀਂ ਪੀ ਲਓ ਤੁਸੀਂ ਪੀ ਦਿਓ ਕੌਣ ਨਹੀਂ ਪੀਣਾ ਬੱਚਿਓ ਇਹਦਾ ਨੁਕਸਾਨ ਹੋ ਗਿਆ ਇਹ ਹੁਣ ਕਿੱਥੋਂ ਲੱਭਣਾ ਹੁਣ ਕੀ ਹੋ ਗਿਆ ਹੁਣ ਇਹਨੂੰ ਕਿੱਦਾਂ ਕਰਨਾ ਗੁਰਸਾਹਿਬ ਮੰਮਾ ਨਾ ਇੱਦਾਂ ਰੁੱਸੀਦਾ ਆ ਆਏ ਰੁੱਸ ਗਿਆ ਇੰਨਾ ਜ਼ਿਆਦਾ ਰੁੱਸਦਾ ਆ ਨਾ ਇਹਨੂੰ ਇਹ ਤਾਂ ਹੁਣ ਇੰਨਾ ਤਾਂ ਗੁਰਸ਼ਾਨ ਵੀ ਨਹੀਂ ਰੁੱਸਦਾ ਹੁੰਦਾ ਸੀ ਆਹ ਵੇ ਕੌਣ ਆਇਆ ਇੱਕ ਆਈ ਕਿਊਟ ਜੀ ਗੱਲ ਵਿਖਾਈਏ ਨਿੱਕੀ ਜੀ ਬੇਬੀ ਦੀਦੀ ਆਈ ਸਾਡੇ ਘਰ ਓਵੇ ਦੀਦੀ ਆਈ ਸਾਡੇ ਘਰ ਨਿੱਕੀ ਜੀ ਦੀਦੀ ਕਿੱਡੀ ਕਿਊਟ ਜੀ ਦੀਦੀ ਆ ਹਾਏ ਹਾਏ ਦੀਦੀ ਕਿੱਥੇ ਆ ਦੀਦੀ ਕਿੱਥੇ ਆ ਅੱਜ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਇਹ ਅੱਜ ਕੁੜੀ ਲੱਗਣ ਡਿਆ ਕਿ ਨਹੀਂ ਲੱਗਣ ਡਿਆ ਚਲੋ ਵਾਹਿਗੁਰੂ ਜੀ ਕਰੋ ਬੈਠੋ ਵੇਖਿਓ ਹੁਣ ਉਦੋਂ ਦਾ ਰੋਸ ਵਾਹਿਗੁਰੂ ਜੀ ਹੁਣ ਦੱਸਿਓ ਕੌਣ ਕਿਊਟ ਗੱਲ ਆ ਇਹ ਦੇ ਦਿਓ ਗੱਗਾ ਹੋ ਗਿਆ ਚਲੋ ਫਿਰ ਵਾਹਿਗੁਰੂ ਜੀ ਕਰੋ ਫਿਰ ਰੁੱਸ ਗਿਆ ਇਹ ਕਿਊਟ ਗਰਲ ਰੋਸੀ ਬੜੀ ਜਾਂਦੀ ਮੰਮਾ ਦੀ ਹਾਏ ਇੰਨਾ ਗੁੱਸਾ ਹਾਏ ਹਾਏ ਕੀ ਹੋਇਆ ਕਿਊਟ ਗਰਲ ਨੂੰ ਕੀ ਹੋਇਆ ਕੁਛ ਨਹੀਂ ਹੋਇਆ ਚਲੋ ਠੀਕ ਚਲੋ ਵਾਹਿਗੁਰੂ ਜੀ ਕਰ ਦਿਓ ਹੁਣ ਇਹਨਾਂ ਵਾਲਾਂ ਨੂੰ ਹੱਥ ਲਾ ਕੇ ਵੇਖਣ ਡਿਆ ਇਹਨੇ ਇੱਕ ਦੋ ਮਿੰਟ ਬਸ ਵਾਲਾਂ ਨੂੰ ਹੱਥ ਲਾਉਣਾ ਫਿਰ ਇਹਨੇ ਸੈੱਟ ਹੋ ਜਾਣਾ ਕਿ ਹਾਂ ਮੇਰੇ ਵਾਗੇ ਸ਼ਾਨੇ ਆ ਜਾਓ ਪੁੱਤ ਆ ਜਾਓ ਪਾ ਕੇ ਸਾਹਿਬ ਆ ਕੀ ਆ ਉਹ ਆ ਉਹ ਕਿੰਨੀ ਕਿਊਟ ਕਰ ਲਈ ਆ ਮੰਮਾ ਦੀ ਹਾਏ ਕਿੱਦਾਂ ਰੁੱਸਦਾ ਆ ਸਾਹਿਬ ਇੱਕ ਨਾ ਇਹ ਰੁੱਸਦਾ ਇੰਨਾ ਜ਼ਿਆਦਾ ਆ ਨਾ ਕੋਈ ਹਿਸਾਬ ਨਹੀਂ ਕਿਊਟ ਗਰਲ ਆ ਮੰਮਾ ਦੀ ਕਿਊਟ ਗਰਲ ਕਿੱਡੀ ਕਿਊਟ ਆ ਦੋ ਜੁਨੀਆ ਗਾ ਕੇ ਲੱਗਦੀ ਆ ਬਸ ਨਾਲ ਆ ਨਾਲ ਦੀ ਨਾਲ ਹੀ ਦੋ ਕੀ ਲੈਣਾ ਦੇ ਦਿਓ ਕਿਆ ਆਵਾਜ਼ ਮਾਰੋ ਕਰ ਦੇ ਦਿਓ ਦੀਦੂ ਦੇ ਦਿਓ ਸਾਹਿਬ ਦੀ ਔਕੀ ਕਿੱਥੇ ਆ ਹੋਏ ਉਹ ਵੀ ਕਾਕੇ ਦੀ ਵੀ ਔਕੀ ਹੈਗੀ ਆ ਕਾਕੇ ਦੀ ਕਿੱਥੇ ਆ ਕਿੱਥੇ ਬੇਬੀ ਦੀ ਹੈਂ ਸਾਹਿਬ ਦੀ ਔਕੀ ਕਿੱਥੇ ਆ ਵਾਹ ਪੁੱਤ ਜੇ ਸ਼ਾਨਾ ਨੂੰ ਭਾਅ ਦਾ ਸਿਰ ਵਾਹੁਣਾ ਆ ਅਤੇ ਫਿਰ ਮੰਮਾ ਨੇ ਨਾਉਣਾ ਆ ਅਤੇ ਫਿਰ ਤੁਹਾਨੂੰ ਦੁੱਧ ਮਿਲਣਾ ਪਰ ਪਹਿਲਾਂ ਦੁੱਧ ਨਹੀਂ ਮਿਲਣਾ ਵੇਖੋ ਫਿਰ ਕੀ ਆ
ਕਿੱਥੇ ਆ ਕਾ? ਇਹ ਕਿੱਚੇ ਆ ਨੀ ਮੇਰੀ ਡੰਡੋ ਜੀ ਕਾ। ਹੁਣ ਆਪਾਂ ਨਾ ਜੂੜੀ ਕਰਿਆ ਕਰਨੀ ਆ ਬਸ, ਆ ਥੋੜੇ ਕੁ ਦੇਣਾ ਫਿਰ ਛੋਟੀਆਂ ਛੋਟੀਆਂ ਇਹਦੀਆਂ ਪਰਾਂਦੀਆਂ ਬਣਾ ਕੇ ਨਾ, ਤੇ ਇਹਦੀ ਜੂੜੀ ਸ਼ੁਰੂ ਕਰਦੇ ਆਪਾਂ। ਗੁਸ਼ਾਨ ਆ ਜਾ ਪੁੱਤੋ, ਏ ਜੁੜੀ ਕਰਕੇ ਕਿਊਟ ਬੱਚਾ ਬਣਾਉਂਦੇ ਆ, ਕਿਊਟ ਆਏ ਫਿਰ ਲੱਗਾ ਰੁੱਸਣ, ਫਿਰ ਲੱਗਾ ਰੁੱਸਣ। ਓ ਏਦਾਂ ਕੌਣ ਰੁੱਸਦਾ ਪੁੱਤ? ਮੰਮਾ ਨੇ ਵੀ ਨਾਈ ਨਾਈ ਕਰਨੀ ਆ, ਕੰਮ ਤਾਂ ਅਸੀਂ ਸਾਰੇ ਕਰ ਲਏ ਸੀ, ਮੰਮ ਤਾਂ ਅਸੀਂ ਸਾਰੇ ਕਰਦੇ ਕਰ ਲਏ ਆ, ਤੇ ਪਰ ਹੁਣ ਨਾਈ ਨਾਈ ਤਾਂ ਕਰਨੀ ਆ ਨਾ, ਤੁਸੀਂ ਜੇ ਨਾਈ ਕਰ ਲਈ ਤੇ ਮੰਮਾ ਨੇ ਵੀ ਨਾਈ ਨਾਈ ਕਰਨੀ ਆ ਨਾ। ਪਿੰਟੀ ਸ਼ਰਟ ਵਿੱਚੋਂ ਕੱਢੋ, ਕੈਪਰੀ ਚੋ, ਹਾਂ ਬਰਾਵੋ, ਚਲਾ ਜਾ ਇੱਥੋਂ ਇੱਕ ਰੱਬ ਲਾਇਆ। ਉਹ ਫੇਰ ਉਸ ਗਿਆ ਇੱਧਰ, ਦੁੱਧੂ ਦੋਵੇਂ ਜਾਣੇ ਬਸ, ਦੁੱਧੂ ਦੁੱਧੂ ਰੋਟੀ ਖਾਣੀ ਆ ਹੁਣ ਦੁਪਹਿਰ ਦੇ ਟਾਈਮ ਤੇ, ਠੀਕ ਹੈ ਨਾ, ਕਿਸੇ ਨੂੰ ਦੁੱਧੂ ਨੀ ਮਿਲਣਾ। ਇੱਧਰ ਇੱਧਰ ਕਾ ਲਾਈਏ ਗੁਰਸ਼ਾਨ, ਵੀਰ ਨੂੰ ਕਾਰਟੂਨ ਲਾ ਦੇ ਤੇ ਆਪ ਵੀ ਤੇ ਵੀਰ ਲਾਗੇ ਬੈਠ ਜਾ, ਤੇ ਮੈਂ ਜਾਵਾਂ, ਠੀਕ ਆ, ਮੈਂ ਵੀ ਨਾਈ ਕਰ ਲਵਾਂ। ਨਹੀਂ ਨਹੀਂ ਚੱਲ ਜਾਣਾ, ਚੱਲ ਜਾਣਾ ਫਿਰ, ਚੱਲ ਜਾਣਾ ਉੱਥੋਂ, ਹਿੱਲ ਗਿਆ ਨਾ ਉੱਧਰੋਂ ਉੱਧਰੋਂ ਸ਼ਾਨ ਉੱਧਰੋਂ, ਹਾਂ ਇੱਥੋਂ ਨਹੀਂ ਚੱਲਿਆ, ਉੱਥੋਂ ਲਾ ਫਿਰ, ਇੱਧਰੋਂ ਇੱਧਰੋਂ ਇੱਧਰੋਂ, ਚੱਲ ਪਿਆ ਤੇ ਪੱਖਾ ਵੀ ਚੱਲ ਪਿਆ, ਠੀਕ ਆ। ਫਿਰ ਠਹਿਰ ਕੇ ਨਾ ਰੋਟੀ ਖਾਂਦੇ ਹਾਂ, ਫਿਰ ਏ ਸੀ ਲਾ ਦਿੰਦੇ ਹਾਂ। ਅਜੇ ਤੁਸੀਂ ਇੱਥੇ ਰੁਕੋ ਕਿਉਂਕਿ ਸਾਹਿਬ ਨੇ ਬਾਰ ਬਾਰ ਦਰਵਾਜ਼ਾ ਹੀ ਖੋਲ੍ਹੀ ਜਾਣਾ। ਕਿੱਥੇ ਪਾ ਲਾ, ਲਿਆ ਕਾ ਲਾ ਮੇਰੇ, ਫਿਰ ਹਿਲ ਗਈ ਤਾਰ, ਲਿਆ ਕਾ ਲਈ। ਵੇਖਿਓ ਇਹਨੂੰ ਇੰਨਾ ਪਤਾ ਕਿ ਮੈਂ ਕਿਹੜੇ ਕਾਰਟੂਨ ਵੇਖਣੇ ਆ, ਇਹ ਜ਼ਿਆਦਾ ਵੇਖਦਾ ਵਾ ਬੇਬੀ ਸ਼ੱਕ, ਡੂ 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 ਬੇਬੀ। ਡੈਡੀ ਸ਼ੱਕ ਕਿੱਦਾਂ ਕਰਦੇ ਸਾਹਿਬ? ਸਾਹਿਬ ਹੈਪੀ ਬਰਥਡੇ ਕਰਦੇ, ਸਾਹਿਬ ਹੈਪੀ ਬਰਥਡੇ ਕਰਦੇ, ਹੈਂ ਪਤਾ ਨਹੀਂ, ਬਸ ਫੋਨ ਦੇ ਉੱਤੇ ਹੱਥ ਮਾਰੀ ਜਾਣੇ ਇੱਧਰ ਉੱਧਰ, ਬਸ ਪਤਾ ਨਹੀਂ ਕਿਹੜੇ ਕਿਹੜੇ ਕੰਮ ਕਰੀ ਜਾਣੇ ਇਸ ਮੁੰਡੇ ਨੇ। ਅਤੇ ਹੁਣੇ ਜਦੋਂ ਆਪਾਂ ਨਹਾਉਣ ਚੱਲ ਜਾਣਾ ਵਾ, ਫਿਰ ਇਹਨੇ ਰੋਣਾ ਸ਼ੁਰੂ ਕਰ ਦੇਣਾ ਆ। ਇੱਧਰ ਵੇਖੋ ਮੰਮਾ ਦੀ ਕਿਊਟ ਕਰ ਲਾ, ਮੰਮਾ ਦੀ ਕਿਊਟ ਕਰ ਲਾ, ਇੱਧਰ ਉਹ ਮੰਮਾ ਆਈ ਸਾਹਿਬ, ਪਿਆ ਨਹੀਂ ਪਤਾ ਨਹੀਂ ਕਿਹੜੇ ਪਰ ਆਏ ਸਾਹਿਬ, ਆਏ ਮੰਮਾ। ਓ ਬਸ ਇਹਨੇ ਜਦੋਂ ਉੱਠ ਜਾਣਾ ਬਸ ਉੱਤੋਂ ਹੀ ਸ਼ੁਰੂ ਹੋ ਜਾਣਾ, ਕਦੀ ਫੋਨ ਫੜ ਲਿਆ, ਕਦੀ ਟੀ ਵੀ ਦਾ ਰਿਮੋਟ ਫੜ ਲਿਆ, ਜਿਹੜੀ ਚੀਜ਼ ਆ ਗਈ ਹੱਥ 'ਚ ਆਪਾਂ ਬਸ ਉਹੋ ਹੀ ਵੇਖੀ ਜਾਣੀ ਆ। ਫਿਰ ਨਹੀਂ ਆਪਾਂ ਇੱਧਰ ਉੱਧਰ ਕੁਛ ਵੀ ਵੇਖਣਾ, ਬਸ ਇੱਕੋ ਕੰਮ ਵੱਲ ਧਿਆਨ ਆ, ਬਸ ਕਾਰਟੂਨ ਕਾਰਟੂਨ। ਹਾਏ ਇੰਡੀਆ ਦੇ ਬੱਚਿਆਂ ਦੇ ਸਕੂਲ ਲੱਗ ਗਏ ਤਾਂ ਵਧੀਆ, ਸਾਡਿਆਂ ਦੇ ਜੇ ਤਕਰੀਬਨ ਮਹੀਨਾ ਡੇਢ ਪਿਆ ਆ, ਅਤੇ ਇੱਧਰ ਸਾਡੇ ਵਾਲਾਂ ਨੂੰ ਮਹਿੰਦੀ ਲੱਗਣ ਵਾਲੀ ਹੋਈ ਹੈ। ਮੈਂ ਕਹਿੰਦੀ ਮੌਸਮ ਥੋੜ੍ਹਾ ਜਿਹਾ ਠੰਡਾ ਹੋ ਜਾਵੇ ਫਿਰ ਹੀ ਕਰਦੇ, ਕਿਉਂਕਿ ਇੰਨੀ ਗਰਮੀ 'ਚ ਕੰਮ ਕਰਨ ਨੂੰ ਦਿਲ ਜਿਹਾ ਵੀ ਨਹੀਂ ਕਰਦਾ, ਕੀ ਕਰੀਏ।